ਗੁਜਾਰਸ਼ ਕਰਨੀ ਚਾਹਾਂਗੇ ਮੁੱਖ ਮੰਤਰੀ ਸਾਹਿਬਹਾਰਾ ਨੂੰ ਜਿਹੜੇ ਕਹਿ ਤਾਂ ਦਿੰਦੇ ਨੇ ਸਾਰੀਆਂ ਸਰਕਾਰਾਂ ਚਾਹੇ ਮੁੱਖ ਮੰਤਰੀ ਕਿਸੇ ਵੀ ਪਾਰਟੀ ਵੱਲੋਂ ਹੋਣ ਉਹ ਕਹਿ ਦਿੰਦੇ ਨੇ ਜਦੋਂ ਉਹਨਾਂ ਦੀ ਗੱਲਬਾਤ ਸੁਣੀ ਜਾਵੇ ਜਾਂ ਆਮ ਲੋਕਾਂ ਦੀ ਵੀ ਸੁਣੀ ਜਾਵੇ ਜਿਹੜੇ ਕਿਸਾਨ ਨੂੰ ਸਿੱਖਿਆ ਦੇਣਾ ਚਾਹੁੰਦੇ ਨੇ ਆਖਿਰ ਇਹ ਕਿਸਾਨ ਜਿਉਂਦਾ ਜਾਗਦਾ ਸਬੂਤ ਹੈ ਕਿ ਮੁੱਖ ਮੰਤਰੀ ਸਾਹਿਬ ਜਾਂ ਉੱਚ ਅਧਿਕਾਰੀ ਕੋਸ਼ਿਸ਼ ਕਰਨਗੇ ਜ਼ਿਲ੍ਹੇ ਦੇ ਅਧਿਕਾਰੀ ਇਹਨਾਂ ਦੇ ਲੁਧਿਆਣੇ ਦੇ ਆਪਾਂ ਮੰਨ ਲੈਂਦੇ ਆ ਲੁਧਿਆਣੇ ਦੇ ਅਧਿਕਾਰੀ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਕਾਰੀ ਜਿਹੜੇ ਨੇ ਉਹ ਇਸ ਪਾਸੇ ਕੋਈ ਜਵਾਬ ਦੇਣਗੇ ਇਹਨਾਂ ਗੱਲਾਂ ਦਾ ਮਜਦੂਰ ਹੁੰਦੇ ਨੇ ਯੂਪੀ ਦੇ ਨੇ ਭਈ ਬਿਹਾਰੀ ਨੇ ਜਿਹੜੇ ਵੀ ਮਰਜ਼ੀ ਨੇ ਉਹ ਜਦੋਂ ਰੇਡੀਆਂ ਲਾ ਰਹੇ ਨੇ ਲੋਕ ਕਹਿੰਦੇ ਨੇ ਕਿਸਾਨ ਆਪ ਕਿਉਂ ਨਹੀਂ ਲਾਉਂਦਾ ਤੁਸੀਂ ਇੱਕ ਕਿਸਾਨ ਨਾ ਤੇ ਇੱਥੇ ਆਏ ਹੋ ਤੁਸੀਂ ਦੁੱਖ ਨਾਲ ਭਰੇ ਪਏ ਹੋ ਸਾਨੇਵਾਲ ਤੁਸੀਂ ਮੇਲੇ 'ਚ ਪਹੁੰਚ ਗਏ ਖੇਤੀਬਾੜੀ ਦੇ 'ਚ ਤੁਸੀਂ ਮਧੂਮੱਖੀ ਦਾ ਕੰਮ ਕਰ ਰਿਹਾ ਸ਼ਾਇਦ ਦੇ ਤੁਹਾਡੇ ਡਰਮ ਭਰੇ ਪਏ ਨੇ ਦੂਜੇ ਪਾਸੇ ਸਬਜ਼ੀ ਦੀ ਗੱਲ ਕੀਤੀ ਜਾਣਾ ਤੁਸੀਂ ਹਲਦੀ ਤੁਸੀਂ ਪੈਦਾ ਕਰਦੇ ਹੋ ਜੇ ਤੁਸੀਂ ਵੇਚਣ ਜਾਂਦੇ ਹੋ ਜੇਕਰ ਉਹ ਠੀਕ ਰੇਟ ਤੇ ਬਾਜ਼ਾਰ ਦੇ ਰੇਟ ਤੇ ਵੇਚਦੇ ਹੋ ਤੁਹਾਡੇ ਪੱਲੇ ਕੁਝ ਨਹੀਂ ਪੈਂਦਾ ਜਿਹੜੀ ਅਸਲੀ ਸ਼ੁੱਧ ਹੈ ਉਹਦੀ ਤੁਹਾਨੂੰ ਕੀਮਤ ਨਹੀਂ ਮਿਲ ਰਹੀ ਹੈਗੀ ਤੁਹਾਨੂੰ ਫਿਰ ਇਹ ਨਾ ਮੇਲਿਆਂ ਦਾ ਕਿੰਨਾ ਕੋ ਫਾਇਦਾ ਹੋ ਗਿਆ ਕੋਈ ਸਰਕਾਰ ਨੇ ਜਾਂ ਕੋਈ ਅਧਿਕਾਰੀ ਇੱਥੇ ਆਏ ਹੋਣਗੇ ਸਾਨੇਵਾਲ ਤੁਹਾਨੂੰ ਕੀ ਫਾਇਦਾ ਹੋਇਆ ਨਹੀਂ ਜੀ ਸਾਨੂੰ ਇਸ ਮੇਲੇ ਦਾ ਕੋਈ ਫਾਇਦਾ ਨਹੀਂ ਜੀ ਇਹ ਤਾਂ ਸਿਰਫ ਇੱਕ ਉੱਪਰਲੇ ਲੈਵਲ ਦੀਆਂ ਗੱਲਾਂ ਨੇ ਇਹ ਕਿਵੇਂ ਇਹਨਾਂ ਨੇ ਆਰਗੇਨਾਈਜ਼ ਕੀਤਾ ਇਹਨਾਂ ਖਰਚਾ ਕੀਤਾ ਛੋਟੇ ਕਿਸਾਨ ਦੇ ਵਾਸਤੇ ਇੱਥੇ ਕੁਝ ਜਦੋਂ ਮੇਰਾ ਮਲਾਪ ਹੋਇਆ ਤੇ ਜਿਹੜੇ ਡਾਕਟਰ ਸਾਹਿਬ ਜਸਵਿੰਦਰ ਭੱਲਾ ਜੀ ਨੇ ਉੱਥੇ ਦੇ ਅਹੁਦੇਦਾਰ ਹੋਣਗੇ ਕੋਈ ਜਸਵਿੰਦਰ ਭੱਲਾ ਜਿਹੜੇ ਕਮੇਡੀਅਨ ਨੇ ਆਪਣੇ ਹਸਾਉਂਦੇ ਨੇ ਲੋਕਾਂ ਨੂੰ ਹਾਂਜੀ ਹਾਂਜੀ ਪਹਿਲਾਂ ਜੀ ਉਹਨਾਂ ਨੂੰ ਮੈਂ ਸਲੂਟ ਮਾਰਿਆ ਮੈਂ ਜਿਵੇਂ ਆਰਮੀ ਟੈਰਾਂ ਦੇ ਮੈਂ ਬੀ ਕੀਪਿੰਗ ਦੀ ਕਲਾਸ ਕਰਨੀ ਉਹ ਕਹਿੰਦੇ ਜੀ ਅੱਜ ਹੀ ਸਟਾਰਟ ਹੋਈ ਜੀ ਦੋਸਤੋ ਅੱਜ ਆਪਣੇ ਨਾਲ ਇੱਕ ਅਜਿਹਾ ਕਿਸਾਨ ਮੇਲੇ ਦੇ ਵਿੱਚ ਸਾਨੂੰ ਮਿਲੇ ਨੇ ਏਨੇ ਜ਼ਿਆਦਾ ਪਰੇਸ਼ਾਨ ਨੇ ਜਦੋਂ ਅਸੀਂ ਇਸ ਮੇਲੇ ਦੇ ਵਿੱਚ ਤੁਰ ਫਿਰ ਰਹੇ ਸੀ ਵੀਰ ਜੀ ਹੁਣੀ ਆਪਣਾ ਮਨ ਭਰ ਆਏ ਇਹ ਕਹਿੰਦੇ ਮੈਂ ਮਤਲਬ ਰੋਣ ਲੱਗ ਗਏ ਸਨ ਤਾਂ ਇਹਨਾਂ ਦੀ ਜਿਹੜੀ ਗੱਲਬਾਤ ਹੈ ਆਖਿਰ ਇਸ ਤਰ੍ਹਾਂ ਇਹਨੇ ਦੁਖੀ ਕਿਉਂ ਨੇ ਤੇ ਸਾਡੇ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਪੰਜਾਬ ਦੇ ਉਹ ਵੀ ਧਿਆਨ ਨਾਲ ਸੁਣ ਲੈਣ ਤੇ ਜੇ ਸੰਭਵ ਹੈ ਤਾਂ ਪੀਐਮ ਆਫਿਸ ਜਿਹੜਾ ਉਹ ਅਧਿਕਾਰੀ ਵੀ ਸੁਣ ਲੈਣ ਕਿਉਂਕਿ ਗੱਲਾਂ ਕਰਨੀਆਂ ਕਮਰਿਆਂ ਦੇ ਵਿੱਚ ਬੈਠ ਕੇ ਬੜੀਆਂ ਸੌਖੀਆਂ ਨੇ ਪਰ ਜਦੋਂ ਵਿਚਰਨਾ ਦੁਨੀਆ ਦੇ ਵਿੱਚ ਪਤਾ ਉਦੋਂ ਲੱਗਦਾ ਕੌਣ ਕਿੰਨੇ ਪਾਣੀ 'ਚ ਹੈ ਕੌਣ ਕਮਾਊ ਪੁੱਤ ਹੈ ਕਿਸ ਨੂੰ ਕਰਨਾ ਕੁਝ ਆਉਂਦਾ ਹੈ ਕਿਹੜਾ ਕਾਰਗੁਜ਼ਰਨਾ ਚਾਹੁੰਦਾ ਹੈ ਕਿਸ ਦੀ ਲੱਤਾਂ ਕੌਣ ਖਿੱਚਦਾ ਹੈ ਭਾਈ ਸਵਾਗਤ ਹੈ ਹਸੀਕਾਲ ਜੀ ਜੀ ਭਾਈ ਜੀ ਤੁਸੀਂ ਇਹ ਦੱਸੋ ਤੁਸੀਂ ਪਹਿਲਾਂ ਮਧੂਮੱਖੀਆਂ ਦੀ ਗੱਲ ਕਰ ਲੈਨੇ ਆ ਤੁਸੀਂ ਮਧੂਮੱਖੀਆਂ ਦਾ ਕੰਮ ਕਿਵੇਂ ਚੁਣ ਲਿਆ ਕਿੰਨੇ ਕਰਾਇਆ ਤੁਹਾਨੂੰ ਹਾਂਜੀ ਸਭ ਤੋਂ ਪਹਿਲਾਂ ਜੀ ਮੈਂ ਜਦੋਂ ਆਫਟਰ ਪੈਨਸ਼ਨ ਆ ਕੇ ਛੋਟੀ ਮੋਟੀ ਪ੍ਰਾਈਵੇਟ ਨੌਕਰੀ ਕਰਦਾ ਸੀ ਤੇ ਵੇਖਿਆ ਕਿ ਗੱਲ ਨਹੀਂ ਬਣਨੀ ਕਿਉਂਕਿ ਮੈਂ ਘੱਟ ਉਮਰ ਜੀ ਆ ਗਿਆ ਸੀ 36 ਸਾਲ 'ਚ ਮੈਂ ਪ੍ਰੀ ਮੈਚਿਓਰਿਟੀ ਪੈਨਸ਼ਨ ਆ ਗਿਆ ਸੀ ਲਿਖ ਕੇ ਦੇ ਕੇ ਹੌਲ ਦਾ ਰੀ ਤੇ ਮੈਨੂੰ ਹੌਲੀ ਹੌਲੀ ਦਰਾਹੇ ਵਾਲੇ ਵਾਲੇ ਫੀਲਡ ਦੇ ਵਿੱਚ ਇੱਕ ਫੁੱਲਾਂ ਦੀ ਲਾਈਨ ਮਿਲੀ ਤੇ ਮੈਂ ਦਰਾਹੇ ਜਿਹੜਾ ਬਾਗਬਾਨੀ ਵਿਭਾਗ ਆਪਣਾ ਹਾਰਟੀਕਲ ਡਿਪਾਰਟਮੈਂਟ ਹੈ ਜੀ ਉਹਨਾਂ ਤੋਂ ਸਲਾਹ ਲਈ ਉਹਨਾਂ ਨੇ ਮੈਨੂੰ ਕੁਝ ਗਲਾਬ ਬਾਰੇ ਸਲਾਹ ਦਿੱਤੀ ਕੁਝ ਕਿ ਗਲਾਈਡਸ ਹੁੰਦੇ ਆ ਜੋ ਕਾਰਾਂ ਵਗੈਰਾ ਸ਼ਿਕਾਰਦੇ ਆ ਜੀ ਤੋ ਕੰਮ ਸਟਾਰਟ ਕਰਤਾ ਵਧੀਆ ਕੰਮ ਸੀ ਉਹਦੇ ਨਾਲ ਇੱਕ ਡਾਕਟਰ ਸਾਹਿਬ ਕਹਿੰਦੇ ਫੌਜੀ ਸਾਹਿਬ ਤੁਸੀਂ ਫੌਜੀ ਦੀ ਆਪਣੀ ਸ਼ਹਿਦ ਦੀ ਮੱਖੀ ਨਾਲ ਪਾਲੋ ਕਿਉਂਕਿ ਫੁੱਲਾਂ ਦੀ ਖੇਤੀ ਸੋਹਣੀ ਕਰ ਰਹੇ ਹੋ ਚਲੋ ਮੈਂ ਕਹਿਰੋਂ ਕਿਸਾਨ ਘਰ ਗਿਆ ਤੇ ਉਸੇ ਦਿਨ ਹੀ ਕੁਦਰਤੀ ਜਦੋਂ ਮੇਰਾ ਮਲਾਪ ਹੋਇਆ ਦੇ ਜਿਹੜੇ ਡਾਕਟਰ ਸਾਹਿਬ ਜਸਵਿੰਦਰ ਭੱਲਾ ਜੀ ਨੇ ਉੱਥੇ ਦੇ ਅਹੁਦੇਦਾਰ ਹੋਣਗੇ ਕੋਈ ਜਸਵਿੰਦਰ ਭੱਲਾ ਜਿਹੜੇ ਕਮੇਡੀਅਨ ਨੇ ਆਪਣੇ ਹਸਾਉਂਦੇ ਨੇ ਲੋਕਾਂ ਨੂੰ ਹਾਂਜੀ 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 ਚਲੋ ਜੀ ਉਹਨਾਂ ਨੂੰ ਮੈਂ ਸਲੂਟ ਮਾਰਿਆ ਮੈਂ ਜਿਵੇਂ ਆਰਮੀ ਟਾਇਰ ਹਾਂ ਤੇ ਮੈਂ ਬੀ ਕੀਪਿੰਗ ਦੀ ਕਲਾਸ ਕਰਨੀ ਉਹ ਕਹਿੰਦੇ ਜੀ ਅੱਜ ਹੀ ਸਟਾਰਟ ਹੋਈ ਹੈ ਚਲੋ ਜ ਉਹ ਜਵਨ ਕਰਕੇ 14 ਦਿਨ ਦੀ ਕਲਾਸ ਸਟੈਂਡ ਕੀਤੀ ਉਸ ਤੋਂ ਬਾਅਦ ਮੈਂ 6 ਬਕਸੇ ਲਏ ਉਹਨਾਂ ਦੀ ਰਿਸਰਚ ਕੀਤੀ ਵੀ ਰਾਣੀ ਕਿਹੜੀ ਹੈ ਡਰੋਨ ਕਿਹੜਾ ਨਖੱਟੂ ਕਿਹੜਾ ਵਰਕਰ ਕਿਹੜਾ ਤੇ ਉਹ 5-6 ਮਹੀਨੇ ਚ ਮੈਂ ਦੇਖਿਆ ਵੀ ਹੁਣ ਫੌਜੀਆ ਦੇ ਵਿੱਚ ਕਾਮਯਾਬ ਹੋ ਗਿਆ ਤੇ ਫਿਰ ਮੈਨੂੰ ਬਾਗਬਾਨੀ ਵਿਭਾਗ ਨੇ 20 ਬਕਸੇ ਸਬਸਿਡੀ ਤੇ ਦਿਵਾਏ ਬਹੁਤ ਮਤਲਬ ਉਹਨਾਂ ਨੂੰ ਮੈਂ ਸਲੂਟ ਕਰਦਾ ਉਸ ਬਾਗਬਾਨੀ ਵਿਭਾਗ ਨੂੰ ਉਸ ਤੋਂ ਬਾਅਦ 40 ਕਿ ਬਕਸੇ ਵਿੱਚ ਆਪਣੀ ਲੈ ਕੇ 80 ਕਿ ਦਾ ਸੈੱਟ ਬਣਾਇਆ ਤੇ 5 ਸਾਲ ਮਿਹਨਤ ਕਰਕੇ ਮੇਰੇ ਕੋਲ 800 ਬਕਸਾ ਹੋ ਗਿਆ ਠੀਕ ਹੈ ਜੀ ਸੋਹਣੇ ਮਤਲਬ ਕਹਿਣ ਦਾ ਕਿ ਜਿਹੜਾ ਤੁਹਾਡਾ ਕੰਮ ਚੱਲ ਪਿਆ ਠੀਕ ਹੈ ਮਦੂਮੱਖੀ ਵਾਲਾ ਬਹੁਤ ਫਿਰ ਉਸ ਤੋਂ ਬਾਅਦ ਅੱਗੇ ਕਹਾਣੀ ਵਿਗੜੀ ਕਿੱਥੇ ਹੈ ਕਹਾਣੀ ਵਿਗੜੀ ਜਦੋਂ ਨੋਟਬੰਦੀ ਆਉਂਦੀ ਹੈ ਨੋਟਬੰਦੀ ਤੋਂ ਬਾਅਦ ਜਿਹੜਾ ਸਾਡਾ ਸ਼ਹਿਦ ਦੀ ਜ਼ਿਆਦਾ ਪ੍ਰੋਡਕਸ਼ਨ ਹੈ ਉਹ ਮਸਟਰਡ ਹਨੀ ਜੋ ਕਿ ਸਰੋਂ ਦੇ ਫੁੱਲਾਂ ਤੋਂ ਹੁੰਦਾ ਹੈ ਉਹ ਜਿਹੜੀ ਸਾਨੂੰ ਸਰੋਂ ਆ ਉਹ ਪੰਜਾਬ ਜੀ ਬਹਿਗੇ ਨਹੀਂ ਉਨੀ ਬਲਗ ਦੇ ਹਿਸਾਬ ਨਾਲ ਮਿਲ ਸਕਦੀ ਸਾਨੂੰ ਮਾਈਗਰੇਟ ਪਹਿਲੀ ਵਾਰੀ ਮਾਈਗਰੇਟ ਜਿਹੜੀ ਹੈ ਮਾਈਗ੍ਰੇਸ਼ਨ ਹੋਈ ਸੀ ਕੋਟਾ ਰਾਜਸਥਾਨ ਅੱਛਾ ਉੱਥੇ ਰਹਿ ਜੀ ਲਗਭਗ 3 ਮਹੀਨੇ ਉਸ ਤੋਂ ਬਾਅਦ ਆ ਗਏ ਅਸੀਂ ਕੁਝ ਹਰਿਆਣੇ ਚ ਮਤਲਬ ਸਰੋਂ ਦਾ ਮਾਲ ਕੱਢਿਆ ਬਹੁਤ ਸੋਹਣਾ ਵਿਕਿਆ ਜੀ ਫਿਰ ਆ ਕੇ ਪੰਜਾਬ ਚ ਸਫੈਦਾ ਆ ਜਾਂਦਾ ਕੜੀ ਪਤਾ ਆ ਜਾਂਦਾ ਹਿਮਾਚਲ ਦੇ ਬਾਰਡਰ ਨਾਲ ਜਨ ਕਰੀਰ ਵਗੈਰਾ ਪਰ ਨੋਟਬੰਦੀ ਤੋਂ ਬਾਅਦ ਉਹ ਕੰਮ ਜੀ ਸਲੋ ਹੋ ਗਿਆ ਉਹ ਸਲੋ ਹੁੰਦਾ ਹੁੰਦਾ ਡਾਊਨ ਹੁੰਦੇ ਹੁੰਦੇ ਅੱਜ ਇਹ ਸਾਡੀ ਮੱਖੀ ਪਾਲਕ ਦੀ ਹਾਲਾਤ ਹੈ ਕਿਉਂਕਿ ਜੀ ਮੈਂ ਇੱਕ ਦਿਲੋਂ ਗੱਲ ਕਹਿ ਰਿਹਾ ਹਾਂ ਵੀ ਇਸ ਟਾਈਮ ਸਾਡਾ ਜਿਹੜਾ ਡੇਰਾ ਡੰਡਾ ਲੱਗਿਆ ਹੋਇਆ ਜੀ ਰਾਜਸਥਾਨ ਸੰਗਰੀਆਂ ਜੋ ਸ਼ਹਿਦ ਨਿਕਲੇ ਆ ਉਸੇ ਤਰ੍ਹਾਂ ਤੰਬੂਚ ਪਿਆ ਹੈ ਅੱਜੇ ਤੱਕ ਅੱਜ ਤਕਰੀਬਨ 24 25 ਜਨਵਰੀ ਹੋ ਗਈ ਹੈ ਕਿਸੇ ਵਪਾਰੀ ਨੇ ਕਿਸੇ ਐਕਸਪੋਰਟਰ ਨੇ ਕਿਸੇ ਟਰੇਡਰ ਨੇ ਸਾਡੀ ਕੋਈ ਸਾਰ ਨਹੀਂ ਲਈ ਪਰਸੋਂ ਜੋ ਉਥੇ ਇੱਕ ਸ਼ੋਸ਼ਾਬਾ ਜੀ ਜਰੂਰ ਆਈ ਸੀ ਨੈਟ ਦੇ ਵੀ 80 ਰੁਪਏ ਕੋ ਦਿੱਲੀ ਦੇ ਦੇਵਰਾਥ ਜੀ ਨੇ ਉਹਨਾਂ ਨੇ ਰੇਟ ਕੱਢਿਆ ਫਿਰ ਇਹ ਦੋਸਤੋ ਇਹ ਦੱਸੋ ਵੀ 80 ਰੁਪਏ ਕਿਲੋ ਅਸੀਂ ਕਿਵੇਂ ਦੇ ਦਈਏ ਸਾਡੀਆਂ ਗੱਡੀਆਂ ਦੇ ਵੀ ਖਰਚੇ ਸਾਡੀਆਂ ਲੇਬਰਾਂ ਦੇ ਵੀ ਖਰਚੇ ਸਾਡੇ ਆਪਣੇ ਵੀ ਖਰਚੇ ਜਿਸ ਜਗ੍ਹਾ ਤੇ ਅਸੀਂ ਜਾ ਕੇ ਮੱਖੀ ਵਿੱਗੇ 2 ਵਿੱਗੇ ਚ ਲਾਉਨੇ ਆ ਉਹ 20 ਪੈਸੇ ਮੰਗਦੇ ਆ ਸਾਜੀ ਫਾਇਦਾ ਤੁਹਾਨੂੰ ਹੋਣਾ ਜਦ ਕਿ ਉਹ ਲੋਕ ਇਹ ਨਹੀਂ ਸਮਝਦੇ ਕਿ ਇਹ ਜਿਹੜੀ ਮੱਖੀ ਹੈ ਸ਼ਹਿਦ ਦੀ ਇਹ ਪੋਲੀਨੇਸ਼ਨ ਕਰਕੇ ਸਾਡੀ ਫਸਲਾਂ ਦੀ ਪ੍ਰੋਡਕਸ਼ਨ ਵਧਾਉਂਦੀ ਹੈ ਉਹ ਉਹਨਾਂ ਨੂੰ ਅਨਪੜ ਲੋਕਾਂ ਨੂੰ ਨਹੀਂ ਨਹੀਂ ਜਿਹੜੇ ਫਿਰ ਬਾਜ਼ਾਰ ਦੇ ਵਿੱਚ ਸ਼ਹਿਦ ਇੰਨਾ ਵੱਡੇ ਪੱਧਰ ਤੇ ਵੇਖਦਾ ਹੈ ਕੀਮਤ ਵੀ ਵਧੀਆ ਹੁੰਦੀ ਹੈ ਉਹਦਾ ਕੀ ਚੱਕਰ ਹੈ ਉਹਦੇ ਵਿੱਚ ਜੀ ਮੈਂ ਕਿਸੇ ਦਾ ਨਾਮ ਤਾਂ ਨਹੀਂ ਲਵਾਂਗਾ ਉਹਦੇ ਵਿੱਚ ਹੀ ਮਲਾਵਟ ਹੁੰਦੀ ਹੈ। ਅੱਛਾ ਇਹਦਾ ਬਾਜ਼ਾਰ ਚ ਆ ਰਿਹਾ ਹੈ ਸ਼ਾਇਦ ਉਹਦੇ ਵਿੱਚ ਮਲਾਵਟ ਹੈ। ਮਲਾਵਟ ਹੋ ਗਈ। ਠੀਕ ਹੈ। ਵਿਦਾਊਟ ਮਲਾਵਟ ਨਹੀਂ ਹੈ। ਜੇ ਮਲਾਵਟ ਨਾ ਹੋਵੇ ਤੇ ਅੱਜ ਤੋਂ 5-7 ਸਾਲ ਪਹਿਲਾਂ ਮਗਰ ਗੱਡੀਆਂ ਲੈ ਕੇ ਭੱਜੇ ਫਿਰਦੇ ਸੀ ਰਾਤ ਨੂੰ ਵੀ ਫੋਨ ਆਉਂਦੇ ਸੀ ਸਾਹਿਬ ਜੀ ਕਿੰਨੇ ਪੀਪਏ ਕਿੰਨੀਆਂ ਬਾਲਟੀਆਂ ਸੀ ਖਰੀਦਿਆਂ। ਹਾਂ ਇੱਕ ਗੱਲ ਇੱਕ ਹੋਰ ਨਾਲ ਸਾਡੀ ਕਸ਼ਮੀਰ ਪੈਰੀ ਇੱਕ ਦਰਾਹਾਂਜ ਹੁੰਦੀ ਸੀ। ਉਹ ਡਾਊਨ ਦੇ ਹੋਣ ਨਾਲ ਵੀ ਸਾਨੂੰ ਬਹੁਤ ਵੱਡਾ ਤੱਕਾ ਲੱਗਿਆ। ਨਹੀਂ ਇਹ ਤਾਂ ਤੁਹਾਡੀ ਗੱਲ ਇਦਾਂ ਲੱਗ ਰਹੀ ਹੈ ਜਿਵੇਂ ਦੁੱਧ ਨਹੀਂ ਅੱਜ ਦੁੱਧ ਜਿਹੜਾ ਹੈ ਜਿਹੜਾ ਬਾਜ਼ਾਰ ਕਿਸਾਨ ਦੁਖੀ ਨੇ ਡੇਅਰੀ ਫਾਰਮਰ ਦੁਖੀ ਨੇ ਉਹ ਕਹਿੰਦੇ ਦੁੱਧ ਦਾ ਕੋਈ ਮੁੱਲ ਨਹੀਂ ਮਿਲ ਰਿਹਾ ਬਾਜ਼ਾਰ ਦੇ ਵਿੱਚ ਪਰ ਮਹਾ ਆਰਪੀਏ ਵੀ ਦੁੱਧ ਹੀ ਦੁੱਧ ਚਾਰੇ ਪਾਸੇ ਨਦੀਆਂ ਨੇ ਜਿਹੜੇ ਡੇਅਰੀ ਫਾਰਮਰ ਨੇ ਉਹ ਦੁਖੀ ਬਹੁਤ ਜ਼ਿਆਦਾ ਨੇ ਸਰ ਜੀ ਉਹ ਹੀ ਦੱਸ ਰਿਹਾ ਤੇ ਉਹ ਵੀ ਤਾਂ ਕਿਦੋਂ ਬਣਾઈ ਰਹੇ ਨੇ ਡੁਪਲੀਕੇਟ ਮੈਂ ਇੱਕ ਮੱਖੀ ਪਾਲਕਾਂ ਮੈਂ ਖੇਤੀ ਕਰਦਾ ਮੈਂ ਸਬਜ਼ੀ ਦੀ ਖੇਤੀ ਕਰਦਾ ਨਾਲ ਹਲਦੀ ਪਪੂਲਰ ਚ 4 ਕਿੱਲੇ ਦੇ ਲੀਟ ਲੈ ਕੇ ਬੀਜਦਾ ਜਦੋਂ ਮੈਂ ਹਲਦੀ ਨੂੰ ਬੀਜਦਾ ਉਹਨੂੰ ਪੱਟਦਾ ਉਹਨੂੰ ਫਿਰ ਸਕਾ ਕੇ ਧੋ ਕੇ ਉਹਨੂੰ ਜਦੋਂ ਪੀਸ ਕੇ ਉਹ ਸਾਡੇ ਭਲੇ ਕੀ ਪੈਂਦਾ ਤੇ ਇਹ ਜਿਹੜੇ ਛੜਕਾਂ ਦੇ ਵਹਿ ਕੇ ਮਲਾਵਟ ਵਾਲੇ ਵੇਚਦੇ ਨੇ ਅਸੀਂ 180 ਪਈਏ ਜਾਂ 150 ਨੂੰ ਵੇਚ ਰਹੇ ਆ ਕਿਵੇਂ ਵੇਚਦੇ ਨੇ ਜਿਹੜੀ ਜਿਹੜੀ ਤੁਸੀਂ ਹਲਦੀ ਤਿਆਰ ਕਰਦੇ ਹੋ ਉਹਦੇ ਵਿੱਚ ਤੁਹਾਨੂੰ ਫਿਰ ਬੈਨੀਫਿਟ ਕੋਈ ਨਹੀਂ ਹੋ ਰਿਹਾ ਇਹਨਾਂ ਕੋਈ ਬੈਨੀਫਿਟ ਨਹੀਂ ਜੇ ਘੱਟ ਤੋਂ ਘੱਟ ਸਾਡੀ ਹਲਦੀ ਦਾ ਮੁੱਲ 350 ਹੋਵੇ ਤੇ ਤਾਂ ਸਾਨੂੰ ਕਿਤੇ ਜਾ ਕੇ ਬੈਨੀਫਿਟ ਮਿਲਦਾ ਜੀ ਇੱਕ ਗੁਜਾਰਸ਼ ਕਰਨੀ ਚਾਹਾਂਗੇ ਮੁੱਖ ਮੰਤਰੀ ਸਾਹਿਬ ਹੋਰਾਂ ਨੂੰ ਜਿਹੜੇ ਕਹਿ ਤਾਂ ਦਿੰਦੇ ਨੇ ਸਾਰੀਆਂ ਸਰਕਾਰਾਂ ਚ ਮੁੱਖ ਮੰਤਰੀ ਕਿਸੇ ਵੀ ਪਾਰਟੀ ਵੱਲੋਂ ਹੋਣ ਉਹ ਕਹਿ ਦਿੰਦੇ ਨੇ ਜਦੋਂ ਉਹਨਾਂ ਦੀ ਗੱਲਬਾਤ ਸੁਣੀ ਜਾਵੇ ਜਾਂ ਆਮ ਲੋਕਾਂ ਦੀ ਵੀ ਸੁਣੀ ਜਾਵੇ ਜਿਹੜੇ ਕਿਸਾਨ ਨੂੰ ਸਿੱਖਿਆ ਦੇਣਾ ਚਾਹੁੰਦੇ ਨੇ ਆਖਿਰ ਇਹ ਕਿਸਾਨ ਜਿਉਂਦਾ ਜਾਗਦਾ ਸਬੂਤ ਹੈ ਕਿ ਮੁੱਖ ਮੰਤਰੀ ਸਾਹਿਬ ਜਾਂ ਉੱਚ ਅਧਿਕਾਰੀ ਕੋਸ਼ਿਸ਼ ਕਰਨਗੇ ਜ਼ਿਲ੍ਹੇ ਦੇ ਅਧਿਕਾਰੀ ਇਹਨਾਂ ਦੇ ਲੁਧਿਆਣੇ ਦੇ ਆਪਾਂ ਮੰਨ ਲੈਂਦੇ ਆ ਲੁਧਿਆਣੇ ਦੇ ਅਧਿਕਾਰੀ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਕਾਰੀ ਜਿਹੜੇ ਨੇ ਉਹ ਇਸ ਪਾਸੇ ਕੋਈ ਜਵਾਬ ਦੇਣਗੇ ਇਹਨਾਂ ਗੱਲਾਂ ਦਾ ਫੁੱਲਾਂ ਦਾ ਬੰਦੇ ਨੇ ਕੰਮ ਕੀਤਾ ਉਹਦੇ ਪਾਸੇ ਨੁਕਸਾਨ ਹੋ ਰਿਹਾ ਹੈ ਉਦਾਹਰਨਾਂ ਕਾਮਯਾਬ ਬੰਦੇ ਦੀ ਉਦਾਹਰਨ ਦੇ ਦਿੱਤੀ ਜਾਂਦੀ ਜਿਹੜਾ ਫੇਲ ਹੋ ਰਿਹਾ ਉਹ ਕਿਉਂ ਹੋ ਰਿਹਾ ਉਸ ਨੂੰ ਕਿਉਂ ਨਹੀਂ ਪੁੱਛਿਆ ਜਾਂਦਾ ਜੇ ਸ਼ਾਇਦ ਇਹਨਾਂ ਨੇ ਕੰਮ ਕਰਿਆ ਆਪਣਾ ਘਰ-ਬਾਰ ਛੱਡ ਕੇ ਰਾਜਸਥਾਨ ਦੇ ਸੰਗਰੀਆ ਜ਼ਿਲ੍ਹੇ 'ਚ ਬੈਠੇ ਹੋਏ ਨੇ ਉੱਥੇ ਇਹਨਾਂ ਦੇ ਸ਼ਾਇਦ ਦੇ ਡਰਮ ਭਰੇ ਪਏ ਨੇ ਕੋਈ ਨਹੀਂ ਪੁੱਛ ਰਿਹਾਗਾ ਸਬਜ਼ੀਆਂ ਨੇਗੀਆਂ ਸਬਜ਼ੀਆਂ ਦੇ ਵਿੱਚ ਤੁਹਾਡੀ ਕਿੰਨੀ ਕਾਮਯਾਬੀ ਹੈ ਸਬਜ਼ੀਆਂ ਦੇ ਵਿੱਚ ਵੀ ਕਾਮਯਾਬੀ ਜਿਹੜੀ ਜੀ ਮੰਡੀ ਕਰਨ ਦੀ ਸਾਨੂੰ ਕਿਸਾਨ ਨੂੰ ਪ੍ਰੋਬਲਮ ਹੀ ਪ੍ਰੋਬਲਮ ਹੈ ਜੀ ਮੰਡੀ ਦੇ ਵਿੱਚ ਜਾਣੇ ਜੇ ਤਾਂ ਪ੍ਰੋਡਕਸ਼ਨ ਥੋੜੀ ਜੀ ਘਟ ਆਈ ਤਾਂ ਰੇਟ ਹਾਈ ਹੋਊਗਾ ਜੇ ਥੋੜੀ ਜੀ ਪ੍ਰੋਡਕਸ਼ਨ ਜ਼ਿਆਦਾ ਆ ਗਈ ਤੇ ਆਮ ਕੀ ਹੈ ਕਿ ਸਾਡੇ ਪੂਰਬੀ ਯੂਪੀ ਬਿਹਾਰ ਦੇ ਨੇ ਉਹਨਾਂ ਨੇ ਵੀ ਕੰਮ ਕਰਨਾ ਉਹਨਾਂ ਨੇ ਨਹੀਂ ਰੇਟ ਭਰਨਾ ਜੀ ਨਹੀਂ ਇਹ ਲੋਕ ਫਿਰ ਇਹ ਜ਼ਰੂਰ ਕਹਿ ਜਾਂਦੇ ਨੇ ਉਹ ਕਹਿੰਦੇ ਵੀ ਪੰਜਾਬੀ ਕੋਸ਼ ਬਾਹਰ ਨੂੰ ਵੀ ਜਾਈ ਜਾ ਰਹੇ ਨੇ ਇੱਥੋਂ ਛੱਡ ਕੇ ਅੱਗੇ ਕੰਮ ਅੱਗੇ ਵੀ ਮੁਸੀਬਤ ਹੈ ਉੱਥੇ ਵੀ ਔਖਾ ਹੈ ਪਰ ਇਹ ਦੱਸੋ ਵੀ ਜਿਹੜੇ ਮਜ਼ਦੂਰ ਆਉਂਦੇ ਨੇ ਯੂਪੀ ਦੇ ਨੇ ਭਈ ਬਿਹਾਰੀ ਨੇ ਜਿਹੜੇ ਵੀ ਮਰਜ਼ੀ ਨੇ ਉਹ ਜਦੋਂ ਰੇੜੀਆਂ ਲਾ ਰਹੇ ਨੇ ਲੋਕ ਕਹਿੰਦੇ ਨੇ ਕਿਸਾਨ ਆਪ ਕਿਉਂ ਨਹੀਂ ਲਾਉਂਦਾ हां ए जेड़ा ਤੁਸੀਂ ਸਵਾਲ ਕੀਤਾ ਜੀ ਬਹੁਤ ਵਧੀਆ ਕੀਤਾ ਕਿਸਾਨ ਕੀ ਕਰੇਗਾ ਕਿਸਾਨ ਖੇਤ ਚ ਕੰਮ ਕਰੇਗਾ ਉਹਦੀ ਦਵਾਈ ਬੂਟੀ ਫਸਲ ਦੀ ਦੇਖੇਗਾ ਕਿ ਉਹਦਾ ਨੁਕਸਾਨ ਦੇਖੇਗਾ ਤੇ ਉਹ ਰੇੜੀ ਛੜਕਤੇ ਲਾਏਗਾ ਇਹ ਸਾਰੇ ਕੰਮ ਫੌਜੀ ਨੇ ਕਰਕੇ ਦੇਖੇ ਨੇ ਜੀ ਅੱਛਾ ਮੇਲਿਆਂ ਦੇ ਵਿੱਚ ਮੈਂ ਸ਼ਹਿਦ ਦੀਆਂ ਸਟਾਲਾਂ ਵੀ ਲਾ ਲਾ ਕੇ ਦੇਖੀਆਂ ਨੇ ਜੋ ਕੋਈ ਦਵਾਬੇ ਏਰੀਆ ਜੇ ਕਿਉਂਕਿ ਉਧਰ ਮੈਨੂੰ ਕਿਸੇ ਦੱਸਿਆ ਵੀ ਐਨਆਰਆਈ ਬਿਲਟ ਹੈ ਐਨਆਰਆਈ ਬਹੁਤ ਆਉਂਦੇ ਆ ਹਾਂ ਠੀਕ ਹੈ ਐਨਆਰਆਈ ਸ਼ਾਇਦ ਮੈਂ ਤੋਂ ਖਰੀਦੇ ਵੀ ਸੀ ਠੀਕ ਹੈ ਜੀ ਪਰ ਉਹਨਾਂ ਨੇ ਹੰਗਾਰਾ ਮਿਲਿਆ ਕਿਉਂਕਿ ਪਿੱਛੇ ਫਿਰ ਕੰਮ ਮੱਖੀ ਦੇ ਕੋਲ ਲੇਬਰ ਦੇ ਕੋਲ ਜੇ ਇੱਕ ਉਹ ਲੇਬਰ ਵਾਲਾ ਵੀ ਤਾਂ ਉਹਨੂੰ ਜਾ ਕੇ ਦੱਸਣਾ ਵੀ ਹੈ ਭਾਈ ਇਹ ਰਾਲੀ ਬੁੱਢੀ ਹੋ ਗਈ ਹੈ ਇਹਦੀ ਕਿੰਨੀ ਉਮਰ ਹੈ ਕਿਉਂਕਿ ਜੇ ਜਿਹੜਾ ਸ਼ਹਿਦ ਦੀ ਮੱਖੀ ਦਾ ਬਕਸਾ ਹੈ ਉਹਦੀ ਸਾਡੀ ਕੀਮਤ ਰਾਲੀ ਬਕਸੇ ਮੱਖੀ ਦੇ ਨਾਲ ਹੈ ਜੇ ਸਾਡੀ ਰਾਲੀ ਲਾਸ ਹੋ ਗਈ ਤਾਂ ਬਕਸਾ ਡੈਡ ਹੈ ਤੁਸੀਂ ਇੱਕ ਕਿਸਾਨ ਨਾ ਤੇ ਇੱਥੇ ਆਏ ਹੋ ਤੁਸੀਂ ਦੁੱਖ ਨਾਲ ਭਰੇ ਪਏ ਹੋ ਹਾਂਜੀ ਆਸਾਨੇ ਵਾਲ ਤੁਸੀਂ ਮੇਲੇ 'ਚ ਪਹੁੰਚ ਗਏ ਖੇਤੀਬਾੜੀ ਦੇ 'ਚ ਤੁਸੀਂ ਮਧੂਮੱਖੀ ਦਾ ਕੰਮ ਕਰ ਰਿਹਾ ਸ਼ਾਇਦ ਦੇ ਤੁਹਾਡੇ ਡਰਮ ਭਰੇ ਪਏ ਨੇ ਦੂਜੇ ਪਾਸੇ ਸਬਜ਼ੀ ਦੀ ਗੱਲ ਕੀਤੀ ਜਾਵੇ ਤੁਸੀਂ ਕਹਿੰਦੇ ਜੇ ਸਬਜ਼ੀ ਦੀ ਰੇੜੀ ਲਾ ਕੇ ਬੈਨ ਮਗਰੋਂ ਖੇਤ ਕਾਮਕਾਰ ਕੌਣ ਕਰੇ ਠੀਕ ਹੈ ਸਬਜੀ ਦੀ ਗੱਲ ਹੈ ਜਾਂ ਹੋਰ ਫਸਲਾਂ ਦੀ ਗੱਲ ਹੈ ਤੁਸੀਂ ਹੜਦੀ ਤੁਸੀਂ ਪੈਦਾ ਕਰਦੇ ਹੋ ਜੇ ਤੁਸੀਂ ਵੇਚਣ ਜਾਂਦੇ ਹੋ ਜੇਕਰ ਉਹ ਠੀਕ ਰੇਟ ਤੇ ਬਾਜ਼ਾਰ ਦੇ ਰੇਟ ਤੇ ਵੇਚਦੇ ਹੋ ਤੁਹਾਡੇ ਪੱਲੇ ਕੁਝ ਨਹੀਂ ਪੈਂਦਾ ਜਿਹੜੀ ਅਸਲੀ ਸ਼ੁੱਧ ਹੈ ਉਹਦੀ ਤੁਹਾਨੂੰ ਕੀਮਤ ਨਹੀਂ ਮਿਲ ਰਹੀ ਹੈਗੀ ਤੁਹਾਨੂੰ ਫਿਰ ਇਹ ਨਾ ਮੇਲਿਆਂ ਦਾ ਕਿੰਨਾ ਕੋ ਫਾਇਦਾ ਹੋ ਗਿਆ ਕੋਈ ਸਰਕਾਰ ਨੇ ਜਾਂ ਕੋਈ ਅਧਿਕਾਰੀ ਇੱਥੇ ਆਏ ਹੋਣਗੇ ਸਾਹਨੇ ਵੱਲ ਤੁਹਾਨੂੰ ਕੀ ਫਾਇਦਾ ਹੋਇਆ ਨਹੀਂ ਜੀ ਸਾਨੂੰ ਇਸ ਮੇਲੇ ਦਾ ਕੋਈ ਫਾਇਦਾ ਨਹੀਂ ਜੀ ਇਹ ਤਾਂ ਸਿਰਫ ਇੱਕ ਉੱਪਰਲੇ ਲੈਵਲ ਦੀਆਂ ਗੱਲਾਂ ਨੇ ਇਹ ਕਿਵੇਂ ਇਹਨਾਂ ਨੇ ਆਰਗੇਨਾਈਜ਼ ਕੀਤਾ ਇਹਨਾਂ ਖਰਚਾ ਕੀਤਾ ਛੋਟੇ ਕਿਸਾਨ ਦੇ ਵਾਸਤੇ ਇੱਥੇ ਕੁਝ ਨਹੀਂ ਹੈ ਜੀ ਨਹੀਂ ਜਿਹੜੀ ਜੇ ਵੇਖੇ ਜਬ ਇੱਕ ਜਿਹੜੀ ਕਹਿੰਦੇ ਨੇ ਵੀ ਵੱਡਿਆਂ ਦੇ ਵੱਡੇ ਕੰਮ ਠੀਕ ਹੈ ਤੇ ਆਪਣੇ ਪੰਜਾਬ ਦੇ ਵਿੱਚ ਜਿਹੜੇ ਕਿਸਾਨੀ ਹੈ ਉਹਨਾਂ ਦੇ ਕਿਸਾਨ ਨੇ ਉਹਨਾਂ ਦੀ ਗਿਣਤੀ ਜਿਹੜੀ ਹੈ ਉਹ ਲਗਭਗ ਜਿਹੜੇ ਛੋਟੇ ਨੇ ਉਹਨਾਂ ਦੀ 85% ਹੈ ਵੱਡੇ ਕਿਸਾਨ ਜਿਹੜੇ ਨੇ 10% ਨੇ ਕੁਝ ਵਿਚਾਰ ਲਏ ਨੇ ਜਿਹੜੇ 5% ਨੇ ਤਾਂ ਇੱਥੇ ਸਰਕਾਰ ਨੂੰ ਸੋਚਣਾ ਪਵੇਗਾ ਜੇਕਰ ਅਸੀਂ ਇਥੋਂ ਵਿਦੇਸ਼ ਜਾਣ ਦੀ ਜਿਹੜੀ ਦੌੜ ਲੱਗੀ ਹੋਈ ਹੈ ਅਸੀਂ ਪ੍ਰਵਾਸ ਤੋਂ ਰੋਕਣਾ ਚਾਹੁੰਦੇ ਆ ਤਾਂ ਇੱਕ ਸਚਾਈ ਨੂੰ ਜਰੂਰ ਸਰਕਾਰਾਂ ਨੂੰ ਮੰਨਣਾ ਪਵੇਗਾ ਇੱਕ ਸਹੀ ਵ ਜਿਹੜੀ ਨੀਤੀ ਲਿਆਉਣੀ ਪੈਗੀ ਇਕੱਲੀ ਬਿਊਰੋਕਰੇਸੀ ਕੁਝ ਨਹੀਂ ਕਰ ਸਕਦੀ ਸੱਚਾਈ ਇਹੀ ਹੈ ਜਦੋਂ ਵੀ ਕਿਤੇ ਜਾਣੇ ਆ ਦੇਸ਼ ਨੂੰ ਅਫਸਰशाही ਚਲਾ ਰਹੀ ਹੈ ਮੰਤਰੀ ਜਿਹੜਾ ਮਰਜ਼ੀ ਬਣ ਜੇ ਮੁੱਖ ਮੰਤਰੀ ਜਿਹੜਾ ਮਰਜ਼ੀ ਬਣ ਜੇ ਲੋਕ ਜੋ ਮਰਜ਼ੀ ਛਾਵਾਂ ਲੋਕ ਜੋ ਮਰਜ਼ੀ ਸੋਚ ਕੇ ਆਪਣੇ ਹੱਕਾਂ ਲਈ ਵੋਟ ਪਾ ਦੇਣਾ ਪਰ ਨਤੀਜੇ ਜਿਹੜੇ ਨੇ ਉਹ ਤੁਹਾਡੇ ਸਾਹਮਣੇ ਨੇ ਇੱਕ ਜੇਕਰ ਕੋਈ ਇਹ ਕਹਿਣਾ ਚਾਵੇ ਕਿ ਕੋਈ ਕੰਮਕਾਰ ਨਹੀਂ ਕਰਦਾ ਹੱਥੀਂ ਕਿਰਤ ਨਹੀਂ ਕਰਦਾ ਤਾਂ ਇਸ ਸ਼ਖਸ ਨੂੰ ਮਿਲਿਆ ਜਾ ਸਕਦਾ ਹੈ ਤੁਹਾਡਾ ਨਾਮ ਐਡਰੈਸ ਵੀ ਦੱਸ ਦਿਓ ਹੋ ਸਕਦਾ ਕੋਈ ਅਧਿਕਾਰੀ ਰਹਿਮ ਕਰਕੇ ਜਾਂ ਕੋਈ ਹੋ ਸਕਦਾ ਕਿਸੇ ਤੁਹਾਡੀਆਂ ਗੱਲਾਂ ਹੀ ਝੂਠ ਲੱਗਣਾ ਉਹ ਤੁਹਾਨੂੰ ਮਿਲਣਾ ਜਾਵੇ ਦੇਖੋ ਜੀ ਮੇਰਾ ਨਾਮ ਭਪਿੰਦਰ ਸਿੰਘ ਚੀਮਾ ਜੀ ਪਿੰਡ ਮੇਰਾ ਹੈਗਾ ਦਰਾਹਾ ਠੀਕ ਹੈ ਜੀ ਤੇ ਅੱਜ ਤੱਕ ਇੱਕ ਨਾਲ ਤੁਹਾਨੂੰ ਹੋਰ ਦੱਸਦਾ ਵੀ ਜਦੋਂ ਦਾ ਮੈਂ ਸ਼ਹਿਦ ਦੀ ਮੱਕੀ ਦਾ ਪਾਲਣ ਸ਼ੁਰੂ ਕੀਤਾ ਕਿਸੇ ਵੀ ਗਰੀਬ ਤੋਂ ਗਰੀਬ ਬੰਦੇ ਨੇ ਕਿਹਾ ਕਿ ਸਾਡਾ ਬੇਟਾ ਕੰਮ ਸਿੱਖਣਾ ਚਾਹੁੰਦਾ ਸਤ ਜੀ ਭੇਜ ਦਿਓ ਬਿਸਤਰਾ ਦੇ ਕੇ ਮੇਰੇ ਤੰਬੂ ਤੇ ਉਹ ਮਹੀਨੇ ਚ ਸਿੱਖੇ ਦੋ ਚ ਸਿੱਖੇ ਘੱਟ ਤੋਂ ਘੱਟ 10 ਕ ਬੰਦਿਆਂ ਦਾ ਖਾਦੀ ਬੂੜ ਤੋਂ ਲੋਨ ਕਰਵਾ ਕੇ ਉਹਨਾਂ ਨੂੰ ਰੋਟੀ ਪਾਇਆ ਹੋਇਆ ਜੇ ਕਹਿਣ ਤਾਂ ਮੈਂ ਗਰਾਊਂਡ ਤੇ ਮਿਲਾ ਵੀ ਸਕਦਾ ਸਾਰਿਆਂ ਨੂੰ ਜੀ ਮਤਲਬ ਇੱਥੇ ਲੋਨ ਜ ਹਾਂਜੀ ਇਹ ਜਿਹੜੇ ਨੌਜਵਾਨ ਆ ਉਹਨਾਂ ਨੂੰ ਕੰਮ ਸਿਖਾ ਕੇ ਉਹਨਾਂ ਨੂੰ ਗਵਰਨਮੈਂਟ ਤੋਂ ਸਬਸਿਡੀ ਦੇ ਮੱਖੀ ਦਿਵਾ ਕੇ ਉਹ ਅੱਜ ਬਹੁਤ ਸਣਾ ਚਲਾ ਰਹੇ ਨੇ ਪਰ ਦੁੱਖ ਇਹ ਹੈ ਵੀ ਅਜ ਉਹਨਾਂ ਦਾ ਵੀ ਸ਼ਾਇਦ ਨਹੀਂ ਵੇਖ ਰਿਹਾ ਠੀਕ ਹੈ ਫਤਲਬ ਜਦੋਂ ਨੁਕਸਾਨ ਤੁਹਾਡਾ ਹੋ ਗਿਆ ਇੱਕ ਮਧੂਮੱਖੀ ਪਾਲ ਪਾਲਣ ਦੀ ਆਪਾਂ ਗੱਲ ਕੀਤੀ ਜਾਂਦੀ ਹੈ ਤਾਂ ਜੇਕਰ ਜਿਨ੍ਹਾਂ ਨੂੰ ਇਹਨਾਂ ਨੇ ਟ੍ਰੇਨਿੰਗ ਦਿੱਤੀ ਇੰਨਾ ਸਮਾਂ ਉਹਨਾਂ ਨਾਲ ਬਿਤਾਇਆ ਆਪਣਾ ਕੀਮਤੀ ਸਮਾਂ ਛੱਡ ਕੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਤਾਂ ਨਤੀਜਾ ਕੀ ਹੈ ਉਸ ਉਸਤਾਦ ਜੀ ਹੋਰੀ ਵੀ ਜਿਹੜੇ ਨੇ ਪਰੇਸ਼ਾਨ ਨੇ ਦੁਖੀ ਨੇ ਤੇ ਅੱਗੇ ਇਹਨਾਂ ਦੇ ਚੇਲੇ ਜਿਹੜੇ ਨੇ ਉਹਨਾਂ ਦੀ ਵੀ ਸਥਿਤੀ ਇਹੀ ਹੈ ਤੇ ਪੰਜਾਬ ਦੇ ਵਿੱਚ ਕੋਈ ਅੱਜ ਜੋ ਅੱਜ ਹਾਲਾਤ ਨੇ ਮੱਖੀ ਪਾਲਣ ਵਾਲਾ ਬੰਦਾ ਕੋਈ ਹੱਸਦਾ ਫਿਰਦਾ ਵਧੀਆ ਭੰਗੜੇ ਪਾਉਂਦਾ ਫਿਰਦਾ ਵੀ ਬੜੀ ਮौज ਲੱਗੀ ਕੋਈ ਨਹੀਂ ਜੀ ਹੱਸਦਾ ਜੀ ਲੇਬਰਾਂ ਵਾਲੇ ਕਹਿੰਦੇ ਨੇ ਜੀ ਗਾ ਆ ਜਾਣੀਆਂ ਹੋਲੀ ਅਸੀਂ ਪਿੰਡ ਜਾਣਾ ਹੈ ਅੱਛਾ ਉਹਨਾਂ ਨੂੰ ਪੈਸੇ ਕਿੱਥੋਂ ਦੇਣੇ ਨੇ ਜਿਹੜਾ ਸ਼ਹਿਦ ਨਿਕਲਿਆ ਉਹ ਵਿਕੂਗਾ ਤੇ ਪੈਸੇ ਦੇਵਾਂਗੇ ਘਰ ਵੀ ਖਰਚੇ ਕਰਨੇ ਨੇ ਫੇਰ ਅਸੀਂ ਇੱਕ ਮੱਖੀ ਪਾਲਾਂਗੇ ਜੇ ਪੰਜ ਚਾਰ ਕੇਰੇ ਵਾਲਾ ਕਿਸਾਨ ਆ ਉਹਦੇ ਕੋਲ ਮੋਟਰਸਾਈਕਲ ਵੀ ਜਰੂਰ ਹੋਊਗਾ ਆ ਜਾ ਕੇ ਮਾੜੀ ਮੋਟੀ ਮਰੂਤੀ ਵੀ ਹੋਊਗੀ ਪੈਟਰੋਲ ਉਹਦੇ 'ਚ ਵੀ ਪੈਣਾ ਠੀਕ ਹੈ ਜੀ ਜਾਈਏ ਤੇ ਜਾਈਏ ਕਿਦਰ ਇਸ ਕਰਕੇ ਮੈਂ ਇਹ ਸਰਕਾਰਾਂ ਨੂੰ ਬੇਨਤੀ ਕਰਦਾ ਵੀ ਸਾਡੇ ਮੋਦੀ ਸਾਹਿਬ ਦਾ ਕਹਿੰਦੇ ਆ ਜੀ ਸਾਡੇ ਕੋਲ ਬਹੁਤ ਪੈਸਾ ਪੜਾ ਹੈ ਬੀ ਕੀਪਿੰਗ ਕੇ ਲਈ ਪੜਾਈ ਹੈ ਨਾ ਉਹ ਲਾਓ ਨਾ ਕਿਤੇ ਦੱਸੋ ਇਹਨਾਂ ਦੀ ਕੋਈ ਯੂਨਿਟ ਖੋਲੋ ਕੋਈ ਐਕਸਪੋਰਟ ਦਾ ਕੋਈ ਹੱਬ ਬਣਾਓ ਵੀ ਸਾਰੇ ਮੱਖੀ ਪਾਲਕ ਆਪਣਾ ਸ਼ਹਿਦ ਇਕੱਠਾ ਕਰਕੇ ਇੱਥੇ ਲਿਆਉਣੇ ਤੋਂ ਸੈਂਪਲ ਪਾਸ ਹੋਵੇ ਫਿਰ ਐਕਸਪੋਰਟ ਹੋਵੇ ਮੈਂ ਨਹੀਂ ਕਹਿੰਦਾ ਵੀ ਐਕਸਪੋਰਟ ਨਹੀਂ ਹੁੰਦਾ ਐਕਸਪੋਰਟ ਹੁੰਦਾ ਹੁਣ ਕਹਿੰਦੇ ਜੇ ਤੱਕ ਜੋ ਕੱਲੀਆਂ ਗੱਲਾਂ ਸੁਣੀਆਂ ਨੇ ਕਹਿੰਦੇ ਜੀ ਕੋਈ ਆਰਡਰ ਨਹੀਂ ਆਇਆ ਸਾਨੂੰ ਬਾਹਰੋਂ ਆਰਡਰ ਕਦੋਂ ਆਉਣ ਅੱਜ 24 ਜਨਵਰੀ ਤਾਂ ਹੋ ਗਈ ਤੇ ਦਸੰਬਰ ਦੇ ਪਹਿਲੇ ਹਫਤੇ ਤੋਂ ਤਾਂ ਸ਼ਹਿਦ ਨਿਕਲਣਾ ਸ਼ੁਰੂ ਹੋਇ ਜੋ ਕੁਝ ਸਰਕਾਰਾਂ ਕਰ ਰਹੀਆਂ ਨੇ ਜੋ ਸਾਡੇ ਮਾਨਣਯੋਗ ਵਰਦਾਨ ਮੰਤਰੀ ਜੀ ਹੈ उन्हें निवेदन है उन्हें विनती है एक किसान की तरफ से हमारे देश का किसान खड़ा है आप है, इनकी सहायता कीजिए सच में अगर सरकार चाहती है मेक इन इंडिया को आगे बढ़ावा देना चाहती है या फिर स्टार्टअप प्रोग्राम है हमारे मधुमक्खी पालन है डेयरी फार्मिंग का है फिशरी का है कुछ भी है अगर किसान जो उपज है उसको पैदा भी कर लेता है फसल अच्छी हो जाती है मगर उसको खरीदार नहीं अगर खरीदने वाला है तो औने पौने भाव में बिकती है तो किसान जाएगा ਤੋ ਜਾਏਗਾ ਕਿਦਰ ਆਪ ہمارے ਜੋ ਪੀਐਮ ਸਾਹਿਬ ਹੈ ਜੋ ہمارے ਜੋ ਦੇਸ਼ ਕੇ ਬਿਊਰੋਕ੍ਰੇਸੀ ਹੈ ਜੋ ਖੇਤੀ ਸੇ ਖੇਤੀ ਧੰਦੋ ਸੇ ਜੁੜੇ ਹੋਏ ਜੋ ਅਫਸਰ ਚਾਹੀਏ ਉਹ ਇਸ ਤਰਫ ਧਿਆਨ ਜ਼ਰੂਰ ਦੇ ਲੁਧਿਆਣਾ ਤੋਂ ਮੈਂ ਸੈਬ ਸਿੰਘ ਵਿਰਕ ਨਬਾ ਧੰਨਵਾਦ